ਕਿੰਨਾ ਹੈ ਤੁਹਾਡਾ? ਮੇਰਾ ਨਾਮ ਜਸਮੀਤ ਸਿੰਘ ਹੈ। ਅੱਜ ਹਰਿਮੰਦਰ ਸਾਹਿਬ ਨੂੰ ਕਿਸ ਤਰ੍ਹਾਂ ਮਨਾਇਆ ਜਾਂਦਾ? ਧੰਨ ਧੰਨ ਰਾਮਦਾਸਪੁਰ ਜਿਹਨ ਸਿਰਿਆ ਤੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਦੇ ਧਾਰਿਆ। ਅੰਮ੍ਰਿਤਸਰ ਦੇ ਬਾਣੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਅਵਤਾਰ ਗੁਰਪੁਰਬ ਬੇਅੰਤ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ, ਜੋ ਕੱਲ੍ਹ ਨਗਰ ਕੀਰਤਨ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਿਆ ਹੈ ਅਤੇ ਅੱਜ ਸਵੇਰ ਤੋਂ ਹੀ ਲੱਖਾਂ ਦੀ ਤਾਦਾਦ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋ ਰਹੀ ਹੈ। ਅਤੇ ਇਸ ਟਾਈਮ ਸ਼ਾਮ ਦਾ ਸਮਾਂ ਹੈ, ਆਤਿਸ਼ਬਾਜ਼ੀ ਹੋ ਰਹੀ ਹੈ ਅਤੇ ਇਸ ਟਾਈਮ ਲੱਖਾਂ ਸੰਗਤਾਂ ਇਹ ਨਜ਼ਾਰੇ ਦਾ ਆਨੰਦ ਮਾਣ ਰਹੀ ਹੈ ਅਤੇ ਗੁਰੂ ਰਾਮਦਾਸ ਜੀ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ। ਭਾਜੀ ਮੇਰਾ ਨਾਮ ਭੁਪਿੰਦਰ ਆ। ਭਾਜੀ ਮੈਂ ਇੱਥੇ ਆਇਆ, ਗੁਰਦੁਆਰੇ ਆਇਆ, ਮੈਂ ਗੁਰਦੁਆਰੇ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ ਭਾਜੀ, ਸਾਰੇ ਪਾਸੇ ਆਏ ਹਾਂ ਜੀ। ਚੌਥੇ ਗੁਰੂ ਆਪਣੇ ਗੁਰੂ ਰਾਮਦਾਸ ਬਾਬਾ ਜੀ ਅਤੇ ਪ੍ਰਕਾਸ਼ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਪਹਿਲੇ ਨੰਬਰ 'ਤੇ ਭਾਜੀ। ਭਾਜੀ ਮੈਂ ਇੱਥੇ ਜੋ ਆਨੰਦ ਦੇਖ ਰਿਹਾ ਭਾਜੀ, ਮੈਨੂੰ ਬਹੁਤ ਆਨੰਦ ਆ ਰਿਹਾ ਭਾਜੀ। ਸਾਰੀ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਭਾਜੀ, ਬਾਬਾ ਜੀ ਦੀਆਂ ਦਇਆ ਮਿਹਰ ਦੇ ਨਾਲ ਬਹੁਤ ਸੰਗਤਾਂ ਦੂਰੋਂ ਦੂਰੋਂ ਆ ਕੇ ਚੱਲ ਕੇ ਇੱਥੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ, ਬਹੁਤ ਜ਼ਿਆਦਾ ਉਲਾਭ ਉਠਾਉਂਦੀਆਂ ਨੇ ਇੱਥੋਂ ਆ ਕੇ ਭਾਜੀ।